ਕਹਿੰਦਾ 100 ਸਾਲ ਪੁਰਾਣਾ ਪੁਲ। ਇਹ ਪੁਲ ਡੇਰਾ ਬਿਆਸ ਦੇ ਸਤਸੰਗ ਭਵਨ ਨੂੰ ਜੋੜਦਾ ਸੀ, ਪਰ ਹੁਣ ਇਹ ਪੁਲ ਟੁੱਟ ਕੇ ਚਕਨਾ ਚੂਰ ਹੋ ਚੁੱਕਿਆ ਹੈ ਤੇ ਕਾਰਨ ਬਣਿਆ ਹੈ ਓਵਰਲੋਡ ਟਿੱਪਰ, ਜਿਹੜਾ ਕਿ ਇਸ ਪੁਲ ਦੇ ਬਿਲਕੁਲ ਵਿਚਕਾਰ ਫਸਿਆ ਹੋਇਆ। ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਸ ਵੇਲੇ ਇਹ ਪੁਲ ਟੁੱਟਦਾ ਉਸ ਵੇਲੇ ਹਫੜਾ ਦਫੜੀ ਮੱਚ ਜਾਂਦੀ ਹੈ। ਇੱਕ ਓਵਰਲੋਡ ਟਿੱਪਰ ਮੋੜ ਕੱਟਣ ਦੇ ਲਈ ਪੁਲ ਦੇ ਉੱਪਰੋਂ ਲੰਘਣ ਦੀ ਕੋਸ਼ਿਸ਼ ਕਰਦਾ ਹੈ, ਪਰ ਭਾਰ ਜ਼ਿਆਦਾ ਹੋਣ ਕਰਕੇ ਪੁਲ ਹੇਠਾਂ ਡਿੱਗ ਜਾਂਦਾ ਹੈ। ਮੌਕੇ 'ਤੇ ਮੌਜੂਦ ਲੋਕਾਂ ਦੇ ਮੁਤਾਬਿਕ ਕਿ ਇਸ ਟਿੱਪਰ ਦੇ ਵਿੱਚ ਤਕਰੀਬਨ 1.5 ਕੁਇੰਟਲ ਦੇ ਕਰੀਬ ਜੋ ਹੈ ਸਮਾਨ ਭਰਿਆ ਹੋਇਆ ਸੀ, ਜਿਸ ਕਰਕੇ ਇਹ ਪੁਲ ਜਿਹੜਾ ਟੁੱਟ ਜਾਂਦਾ ਹੈ। ਟਰੱਕ ਯੂਨੀਅਨ ਅਤੇ ਸਤਸੰਗ ਬਿਆਸ ਡੇਰੇ ਵੱਲੋਂ ਜੋ ਹੈ ਇਸ ਨੂੰ ਲੈ ਕੇ ਰੋਸ ਜਤਾਇਆ ਜਾ ਰਿਹਾ ਹੈ। ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਪੁਲ ਜਿਹੜਾ ਟੁੱਟ ਚੁੱਕਿਆ ਹੈ। ਤਾਂ ਤਸਵੀਰਾਂ ਸਾਹਮਣੇ ਆਈਆਂ ਨੇ, ਇਹ ਜਿਹੜਾ ਪੁਲ ਹੈ ਡੇਰਾ ਬਿਆਸ ਦੇ ਸਤਸੰਗ ਭਵਨ ਨੂੰ ਜੋੜਦਾ ਹੈ, ਪਰ ਹੁਣ ਟੁੱਟ ਚੁੱਕਿਆ ਹੈ ਅਤੇ ਟੁੱਟਣ ਦਾ ਕਾਰਨ ਬਣਿਆ ਓਵਰਲੋਡ ਟਿੱਪਰ। ਇਸ ਪੁਲ ਤਕਰੀਬਨ 100 ਸਾਲ ਪੁਰਾਣਾ ਹੈ, ਭਾਰ ਜ਼ਿਆਦਾ ਹੋਣ ਕਰਕੇ ਡਿੱਗ ਗਿਆ। ਲੋਕਾਂ ਦੇ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ। ਮੌਕੇ 'ਤੇ ਪੁਲਿਸ ਅਧਿਕਾਰੀ ਪਹੁੰਚੇ ਨੇ। ਗੜਸ਼ੰਕਰ ਦੇ ਰੇਲਵੇ ਫਾਟਕ ਦੇ ਨਜ਼ਦੀਕ ਦੀ ਇਹ ਘਟਨਾ ਦੱਸੀ ਜਾ ਰਹੀ ਹੈ, ਜਿੱਥੇ ਕਿ ਟਿੱਪਰ ਦੇ ਵਿੱਚ ਲੋਡ ਜ਼ਿਆਦਾ ਹੋਣ ਕਰਕੇ ਇਹ ਪੁਲ ਟੁੱਟ ਜਾਂਦਾ ਹੈ। ਗੜਸ਼ੰਕਰ ਤੋਂ ਮਹਿਲਪੁਰ ਵੱਲ ਨੂੰ ਆ ਰਿਹਾ ਸੀ ਇਹ ਟਿੱਪਰ, ਮੁੱਖ ਚੌਂਕ ਦੇ ਵਿੱਚ ਪਹੁੰਚਦਾ ਹੈ। ਲੰਬਾਈ ਜ਼ਿਆਦਾ ਹੋਣ ਕਰਕੇ ਉਸਨੂੰ ਮੋੜਨ ਦੇ ਵਿੱਚ ਦਿੱਕਤ ਆਉਂਦੀ ਹੈ, ਜਿਸ ਕਰਕੇ ਇਹ ਪੁਲ ਟੁੱਟ ਜਾਂਦਾ ਹੈ। ਮੌਕੇ 'ਤੇ ਅਫੜਾ ਤਫੜੀ ਮੱਚ ਜਾਂਦੀ ਹੈ। ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ, ਪਰ ਮਾਲੀ ਨੁਕਸਾਨ ਦਾ ਅੰਦਾਜ਼ਾ ਤੁਸੀਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ਹੋ ਕਿ ਕਿਵੇਂ ਬਿਲਕੁਲ ਅੱਧ ਵਿਚਕਾਰ ਇਹ ਟਿੱਪਰ ਫਸਿਆ ਹੋਇਆ ਅਤੇ ਟਿੱਪਰ ਦਾ ਅਗਲਾ ਹਿੱਸਾ ਜਿਹੜਾ ਹੈ ਉਹ ਹਵਾ ਦੇ ਵਿੱਚ ਲਮਕਦਾ ਹੋਇਆ ਵਿਖਾਈ ਦੇ ਰਿਹਾ। ਤਾਂ ਹੁਣ ਡੇਰਾ ਬਿਆਸ ਦੇ ਸਤਸੰਗ ਭਵਨ ਦਾ ਟਰੱਕ ਯੂਨੀਅਨਾਂ ਨਾਲ ਸੰਪਰਕ ਟੁੱਟ ਚੁੱਕਿਆ, ਕਿਉਂਕਿ ਵਿੱਚ ਸੰਪਰਕ ਦਾ ਕਾਰਨ ਇਹ ਪੁਲ ਬਣਦਾ ਸੀ, ਪਰ ਹੁਣ ਇਹ ਪੁਲ ਹੀ ਓਵਰਲੋਡ ਟਿੱਪਰ ਕਰਕੇ ਟੁੱਟ ਚੁੱਕਿਆ, ਜਿਸ ਕਰਕੇ ਮੰਗ ਕੀਤੀ ਜਾ ਰਹੀ ਹੈ ਕਿ ਛੇਤੀ ਤੋਂ ਛੇਤੀ ਇਸ ਜੋ ਟਿੱਪਰ ਹੈ ਟਿੱਪਰ ਕਰਕੇ ਇਹ ਪੁਲ ਟੁੱਟਿਆ, ਇਸ ਪੁਲ ਦੀ ਦੁਬਾਰਾ ਮੁਰੰਮਤ ਕੀਤੀ ਜਾਏ। ਤਕਰੀਬਨ 100 ਸਾਲ ਦੇ ਕਰੀਬ ਇਹ ਪੁਰਾਣਾ ਟਿੱਪਰ ਹੈ, ਮਾਫ਼ ਕਰਨਾ ਪੁਲ ਹੈ, ਜਿਹੜਾ ਕਿ ਇਸ ਵੇਲੇ ਟੁੱਟ ਚੁੱਕਿਆ ਅਤੇ ਲੋਕਾਂ ਦਾ ਸੰਪਰਕ ਵੀ ਆਪਸ ਦੇ ਵਿੱਚ ਟੁੱਟਿਆ। ਮੌਕੇ 'ਤੇ ਤੁਸੀਂ ਵੇਖ ਸਕਦੇ ਹੋ ਕਿ ਕਰੇਨ ਬੁਲਾਉਣੀ ਪਈ ਹੈ, ਕਿਉਂਕਿ ਇਸ ਟਿੱਪਰ ਦਾ ਅਗਲਾ ਹਿੱਸਾ ਹਵਾ ਦੇ ਵਿੱਚ ਲਮਕਦਾ ਹੋਇਆ ਵਿਖਾਈ ਦੇ ਰਿਹਾ ਅਤੇ ਪਿਛਲਾ ਹਿੱਸਾ ਪੂਰੀ ਤਰ੍ਹਾਂ ਦੱਬ ਚੁੱਕਿਆ, ਮਾਈਨਿੰਗ ਕਰਨ ਦੇ ਲਈ ਜਾ ਰਿਹਾ ਸੀ ਜੋ ਮੌਕੇ 'ਤੇ ਮੌਜੂਦ ਲੋਕ ਨੇ। ਹਾਲਾਂਕਿ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਮੌਕੇ 'ਤੇ ਖੜ੍ਹੇ ਹਾਂ ਜੀ, ਇੱਕ ਟਰਾਲਾ 24 ਟਰਾਲਾ ਟਰਾਲਾ ਆਇਆ, ਜਿਹਨੇ 150 ਟਨ ਲਗਭਗ ਮਾਲ ਲੱਦਿਆ ਆ ਮਾਈਨਿੰਗ ਵਾਲਾ, ਅਤੇ ਉਹਨੇ ਇਹਨੂੰ ਕ੍ਰੋਸ ਕੀਤਾ ਪੁਲ ਨੂੰ, ਜਿਹੜਾ ਕਿ ਸਾਡੇ ਸਤਸੰਗ ਘਰ ਨੂੰ ਅਤੇ ਟਰੱਕ ਯੂਨੀਅਨ ਨੂੰ ਰਸਤਾ ਜਾਂਦਾ, ਉਹ ਬਿਲਕੁਲ ਪੁਲ ਤੋੜ ਦਿੱਤਾ। ਸਾਡਾ ਭਾਰੀ ਬਹੁਤ ਵੱਡਾ ਨੁਕਸਾਨ ਹੋਇਆ, ਆਵਾਜਾਈ ਬਿਲਕੁਲ ਬੰਦ ਹੋ ਗਈ। ਕੀ ਮੰਗ ਕਰਦੇ ਹੋ? ਭਰਪਾਈ ਚਾਹੁੰਦੇ ਹਾਂ ਜੀ, ਕਿ ਸਾਡਾ ਰਸਤਾ ਬਣਾਇਆ ਜਾਵੇ, ਪੁਲ ਦੀ ਸਾਰੀ ਕਰਾਈ ਜਾਵੇ। ਪੁਲਿਸ ਪ੍ਰਸ਼ਾਸਨ ਆਈ ਸੀ, ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਗਈ? ਉਹਨਾਂ ਵੱਲੋਂ ਫਿਲਹਾਲ ਕੋਈ ਕਾਰਵਾਈ ਨਹੀਂ।
ਹਾਂਜੀ ਭਾਜੀ, ਅਸੀਂ ਅੱਜ ਆਪਣੇ ਇਲਾਕੇ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਸਭ ਤੋਂ ਪੁਰਾਣੇ ਪੁਲ 'ਤੇ ਖੜ੍ਹੇ ਹਾਂ, ਜਿਹੜਾ ਰਾਤ ਇੱਕ ਓਵਰਲੋਡਡ ਟਰਾਲੇ ਨੇ ਆਪਣੀ ਗਲਤੀ ਨਾਲ ਜਿਹੜਾ ਸਾਡੇ ਇੱਕ ਬਹੁਤ ਮਹਾਨ ਧਾਰਮਿਕ ਸਥਾਨ ਨੂੰ ਜੋੜਦਾ ਅਤੇ ਸਾਡੇ ਟਰੱਕ ਯੂਨੀਅਨ ਨੂੰ ਜੋੜਦਾ ਪੁਲ, ਉਹਨੂੰ ਤੋੜ ਦਿੱਤਾ ਆ ਕੇ। ਅਸੀਂ ਪੁਰਜ਼ੋਰ ਮੰਗ ਕਰਦੇ ਹਾਂ ਵੀ ਇਸ ਟਰਾਲੇ ਵਾਲੇ ਨੂੰ, ਇਹਦੇ ਮਾਲਕਾਂ ਨੂੰ, ਜਿਹੜੀ ਇਹਦੀ ਕੰਪਨੀ ਆ, ਉਹਨੂੰ ਕਹਿ ਕੇ ਸਾਡੇ ਇਸ ਪੁਲ ਦੀ ਰਿਪੇਅਰ ਕਰਾਈ ਜਾਵੇ ਔਰ ਇੱਦਾਂ ਦੇ ਜਿਹੜੇ ਉਹ ਜ਼ਿਆਦਾ ਓਵਰਲੋਡਡ ਹੋ ਇਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਜਿਹੜੇ ਐਡੇ ਐਡੇ ਪੁਲ ਢਾਹ ਸਕਦੇ ਆ ਇਹ ਰਾਹ 'ਚ ਜਾਨੀ ਮਾਲੀ ਹੋਰ ਨੁਕਸਾਨ ਕਰ ਸਕਦੇ ਆ। ਇਹਦੇ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ, ਟਰੱਕ ਯੂਨੀਅਨ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਵਾ, ਹੋਰ ਰਾਧਾ ਸਵਾਮੀ ਡੇਰੇ ਦੇ ਬਹੁਤ ਸਾਰੇ ਸ਼ਰਧਾਲੂ ਅਤੇ ਅਹੁਦੇਦਾਰ ਸਾਡੇ ਨਾਲ ਵਾ। ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ, ਪਰ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਵੀ ਸਾਡੇ ਮਾਲਪੁਰ ਤੋਂ ਲੈ ਕੇ ਹੁਸ਼ਿਆਰਪੁਰ ਤੱਕ ਇੱਕੋ ਇੱਕ ਵਿਰਾਸਤੀ ਪੁਲ ਸੀਗਾ, ਇਹਦੀ ਦੁਬਾਰਾ ਜਿਸ ਹਾਲਤ 'ਚ ਪਹਿਲਾਂ ਸੀਗਾ ਇਹਨੂੰ ਬਿਲਕੁਲ ਉਸੇ ਹਾਲਤ 'ਚ ਚਾਲੂ ਕੀਤਾ ਜਾਵੇ, ਨਾ ਕਿ ਉੱਪਰਲਿਆਂ ਤੋਂ ਫੋਨ ਕਰਾ ਕੇ ਪੈਸੇ ਲੈ ਕੇ ਰਫਾ ਦਫੀ ਕੀਤਾ ਜਾਵੇ। ਸਾਡੇ ਭਾਈਚਾਰੇ ਟਰੱਕ ਯੂਨੀਅਨ ਦਾ, ਉਹਨਾਂ ਦਾ ਵੀ ਕੰਮ ਚੱਲਦਾ ਰਹਿ ਜਾਏ, ਸਤਸੰਗ ਨੂੰ ਘਰ ਨੂੰ ਆਉਣ ਜਾਣ ਵਾਲੀਆਂ ਸੰਗਤਾਂ ਜਿਹੜਾ ਉਹਨਾਂ ਦੇ ਰਾਹ ਦੇ ਵਿੱਚ ਰੁਕਾਵਟ ਨਾ ਬਣੇ। ਧੰਨਵਾਦ ਜੀ। ਕੀ ਮਾਮਲਾ ਸਰ, ਤੁਸੀਂ ਇੱਥੇ ਆਏ ਹੋ ਮੌਕੇ 'ਤੇ? ਯਾਰ ਨਾ ਇੱਕ ਟਰਾਲਾ ਸੀਗਾ, ਇਹ ਜੇਜੋ ਸਾਈਡ ਤੋਂ ਆਇਆ ਸੀ, ਗੜ ਸ਼ੰਕਰ ਸਾਈਡ ਦੇ ਉੱਤੇ, ਇਹਦੇ ਵਿੱਚ ਬੱਜਰਾ ਲੋਡ ਸੀਗਾ। ਇਹ ਜਦੋਂ ਨਾ ਇਹਨਾਂ ਦੇ ਉੱਥੇ ਰਸ਼ ਬਹੁਤ ਚੱਲਣ ਡੇ ਨਾ, ਗੜ ਸ਼ੰਕਰ ਦੇ ਵਿੱਚ ਜਿਹੜਾ ਰੇਲਵੇ ਫਾਟਕ ਆ ਉਹਦੀ ਰਿਪੇਅਰ ਚੱਲ ਰਹੀ ਆ 28 ਤਰੀਕ ਤੱਕ, 3 ਦਿਨ ਦਾ ਸੀਗਾ, ਕੱਲ੍ਹ ਖਤਮ ਹੋ ਜਾਣਾ ਲਾਸਟ ਟਾਈਮ। ਜਿਹੜੇ ਟਰੱਕ ਸੀ ਉਸ ਜਿਹੜੇ ਹੈਵੀ ਵਹੀਕਲ ਹੈ ਉਹ ਅਸੀਂ ਕਨਵਰਟ ਕਰਾਉਂਦੇ ਹਾਂ ਇੱਧਰ ਨੂੰ ਫਗਵਾੜਾ, ਆਪਣੇ ਫਗਵਾੜਾ ਸਾਈਡ ਨੂੰ। ਇਹ ਟਰਾਲਾ ਕਾਫੀ ਵੱਡਾ ਸੀਗਾ ਜਿਹੜਾ ਗੜ ਸ਼ੰਕਰ ਸਾਈਡ ਤੋਂ ਆਇਆ ਸੀਗਾ, ਇਹਨੇ ਕਿਤੇ ਵਾਪਸ ਜਾਣਾ ਸੀ, ਮੁੜਨਾ ਸੀ ਆਪਣੇ ਫਗਵਾੜਾ ਸਾਈਡ ਨੂੰ। ਉਹ ਇਹਨਾਂ ਨੇ ਮੁੜ ਕੇ ਜਿਹੜਾ ਟਰੱਕ ਸੀਗਾ ਸਿੱਧਾ ਗਾਂਹ ਲੈ ਜਾਂਦਾ, ਜਿਹੜਾ ਇੱਕ ਛੋਟਾ ਰੋਡ ਹੈ ਉਹ ਜਾਂਦਾ ਰਾਧਾ ਸਵਾਮੀ ਸਤਸੰਗ ਘਰ ਨੂੰ, ਅਤੇ ਇਹਨੇ ਉਸ ਰੋਡ 'ਤੇ ਟਰੱਕ ਪਾ ਦਿੱਤਾ। ਟਰੱਕ ਕਾਫੀ ਲੋਡ ਸੀਗਾ, ਉਹ ਜਦੋਂ ਜਿਹੜਾ ਪੋਲੇ ਦਾ ਭਾਰ ਨਹੀਂ ਚੱਲਿਆ, ਜਿਹੜਾ ਪੋਲੋ ਬਹਿ ਗਿਆ ਅਤੇ ਟਰੱਕ ਜਿਹੜਾ ਉੱਥੇ ਫਸ ਗਿਆ। ਇਹਦੇ ਸੰਬੰਧ ਵਿੱਚ ਜਿਹੜਾ ਅਸੀਂ ਇੱਥੇ ਆ ਮੌਕੇ ਦੇ ਉੱਤੇ ਆਏ ਸੀਗੇ ਅਤੇ ਜੋ ਬਣਦੀ ਉਹਦੀ ਕਾਰਵਾਈ ਅਸੀਂ ਕਰ ਰਹੇ ਹਾਂ ਇਹਦੇ ਵਿੱਚ। ਉਹ ਕਹਿੰਦੇ ਜੀ ਨਾ ਟਰੱਕ ਯੂਨੀਅਨ ਦੇ ਪ੍ਰਧਾਨ ਅਤੇ ਨਾ ਸਤਸੰਗ ਦੇ ਪ੍ਰਧਾਨ ਜਿਹੜੇ ਆ ਉਹਨਾਂ ਨੂੰ ਬਗੈਰ ਪੁੱਛੇ ਹੀ ਟਰੱਕ ਖਾਲੀ ਕਰਾ ਲਿਆ, ਉਹਨਾਂ 'ਚ ਰੋਸ ਪਾਇਆ ਜਾ ਰਿਹਾ, ਉਹਦਾ ਕੀ ਕਹਿਣਾ? ਦੇਖੋ ਜੀ, ਰੋਸ ਵਾਲੀ ਕਿਹੜੀ ਇਹਦੇ 'ਚ ਗੱਲ ਹੋਊਗੀ? ਹੁਣ ਜਿਹੜਾ ਟਰੱਕ ਆ ਆਫਟਰ ਵਾਲੇ ਨੂੰ ਕਿਸੇ ਵੀ ਆਪਾਂ ਸਾਈਡ ਦੇ ਵਿੱਚ ਲਵਾਵਾਂਗੇ, ਰੱਬ ਨਾ ਕਰੇ ਇਹ ਟਰੱਕ ਅਨਲੋਡ ਕਰਕੇ ਇੱਥੋਂ ਟਰੱਕ ਭਜਾ ਕੇ ਲੈ ਜਾਣ, ਫਿਰ ਕੌਣ ਜ਼ਿੰਮੇਵਾਰ ਇਹਦੇ ਵਿੱਚ? ਠੀਕ ਹੈ ਜੀ, ਇਸੇ ਕਰਕੇ ਇਹਨਾਂ ਨੂੰ ਇਹ ਕਹਿੰਦੇ ਸੀ, ਮੈਂ ਕਿਹਾ ਟਰੱਕ ਲੋ ਇਹਨੂੰ ਖਾਲੀ ਕਰਾ ਕੇ, ਜਾਂ ਤਾਂ ਇਹਨੂੰ ਟਰੱਕ ਯੂਨੀਅਨ 'ਚ ਲਵਾ ਦਈਏ ਜਿੱਥੇ ਲਾਗੇ ਯੂਨੀਅਨ, ਅਤੇ ਜਾਂ ਇਹਨੂੰ ਅਸੀਂ ਇੱਥੇ ਥਾਣੇ ਆਪਣੇ ਥਾਣੇ ਦੇ ਵਿੱਚ ਲਵਾ ਦਈਏ ਜਿੱਥੇ ਸਾਡੇ ਕੋਲ ਸੇਫ ਰਹੇ, ਅਤੇ ਜੋ ਬਿਆਨ ਦੇਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਦੇ।